ਤੁਸਾਂ ਬਾਬੂ ਦੀ ਵਾਕਫ ਹੋ ਕੇ ਅੱਜ ਦੀ ਮਹਿਫਲ ਸ਼ਾਦੀ ਦੇ ਸਿਲਸਿਲੇ ਮੁਨਕਦ ਹੋਈ ਹੈ। ਜਿਸ ਤਰ੍ਹਾਂ ਸਰਕਾਰ ਦੱਸਿਆ ਕਿ ਸਦਾ ਸਦਾ ਹੱਥਾਂ ਦਾ ਨਹੀਂ ਇਹ ਕਰਮਾਂ ਦਾ ਵੇਲਾ, ਰੱਬ ਜਾਣਾ ਫਿਰ ਨਾਲ ਸਬਬ ਦੇ ਤੇ ਕਦੋਂ ਅਸੀਂ ਮੁੜ ਮੇਲਾ। ਬੜੀ ਹਲੀਮੀ ਨਾਲ ਆ ਕੇ ਕਰਸੋ ਕਿ ਜਿਤਨੇ ਬੜੇ ਬੰਦੇ ਹੋਏ ਅੱਗੇ ਆਈ ਜੋ ਤਾਂ ਬੱਚੇ ਜਿਹੜੇ ਬੱਚਿਆਂ ਦੀਆਂ ਜਿਹੜੀਆਂ ਗੱਲਾਂ ਹੋਈਆਂ ਉਹਨਾਂ ਦੀ ਬੁਲਾਈ ਸੀ, ਮਹਿਫਲਾਂ ਕੀਤੀਆਂ ਨਹੀਂ ਜਾਣੀਆਂ ਬਲਕਿ ਕਰਾਈਆਂ ਜਾਣੀਆਂ। ਜਿਸ ਤਰ੍ਹਾਂ ਸਰਕਾਰ ਦੱਸਿਆ ਕਿ ਬਾਜ ਅਦਾ ਆਵਾਜ਼ ਰਸੀਦੀ ਲੱਗਦਾ ਸ਼ੇਰ ਅੰਦੂਣਾ ਦੁੱਧ ਅੰਦਰ ਜੇ ਖੰਡ ਮਲਾਈਆ ਤਾਂ ਮਿੱਠਾ ਹੁੰਦਾ ਦੂਣਾ। ਇਹ ਜਿਹੜੇ ਇੰਤਜ਼ਾਮੀਆਂ ਨੇ ਦੋਸਤ ਇਹ ਉਹਨਾਂ ਕੀ ਅੱਗੇ ਪਿੱਛੇ ਕਰਨਾ ਪੈ ਸੀ, ਜਿੱਥੇ ਇੰਤਜ਼ਾਮੀਆਂ ਮਾਰੀ ਰਹਿਣ ਉੱਥੇ ਕੰਮ ਤੋੜ ਨਹੀਂ ਚੱਲੋ। ਇਸ ਮਾਰਿਆ ਇੰਤਜ਼ਾਮੀਆਂ ਨੇ ਬੰਦੇ ਜਿਹੜੇ ਇੰਨਾ ਗਾਰ ਦੇ ਆ ਕਿ ਬੜੀਆਂ ਬੰਦੇ ਕੀ ਅੱਗੇ ਜਗ੍ਹਾ ਦੂਰ ਤਾਂ ਬੱਚੇ ਪਿੱਛਾ ਚਲੋ। ਚੰਦ ਗੱਲਾਂ ਅਸਾਂ ਆਪਣੀ ਮਰਜ਼ੀ ਦੇ ਨਾਲ ਪੇਸ਼ ਕਰਦੇ ਹਾਂ, ਉਸ ਤੋਂ ਬਾਅਦ ਜਿਸ ਤਰ੍ਹਾਂ ਤੁਸਾਂ ਨੇ ਚਾਹ ਤੋਂ ਸੀ ਇਨਸ਼ਾਅੱਲਾ ਕੋਸ਼ਿਸ਼ ਕਰ ਸਕਦੇ ਪੂਰੀ ਰਹਿ। ਚੰਦ ਗੋਲ ਅੱਜ ਬਿਲਕੁਲ ਸਰਕਾਰ ਨੇ ਬੜੇ ਪਿਆਰੇ ਰੰਗ ਵਿੱਚ ਦੋਸਤਾਂ ਨਜ਼ਰ ਸੋਚੀ ਜਾਵੇ ਅਵੇਲੀ ਸੱਜਣ ਬਾਦ।
محمد بن صاحب سنتي مجید ٹھیکیدار رشید صاحب سکندر صاحب خادم محمد نعیم فرام سعودی عرب انہیں دوستوں کی جان میں شاد صاحب جتا گتا آئے ہو تر اسٹیج نے گول آئی ہو اس میں چاہتا ہے جناب اس محفل نوانی عبد المجید صاحب زندان یاسر یاسم محمد آصف اسلان
محمد نعیم اور بالخصوص نواب منظور صاحب خادم محمد صابر حمزہ اور میرے دوست عظیم صاحب آصف محمد مشتاق ان دوستوں نے نظر دو چار بول اج کھڑی لے کے نویں انداز وچ Thank you.